ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਪਟਿਆਲਾ ਬੀਜੇਪੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਏ। ਇਸ ਵਾਰ ਸੁਰਖੀਆਂ 'ਚ ਆਉਣ ਦਾ ਕਾਰਨ ਹਰਿੰਦਰ ਕੋਹਲੀ ਉੱਪਰ ਜਿੱਥੇ ਉਸਦੇ ਡਰਾਈਵਰ ਨੇ ਅਫੀਮ ਵੇਚਣ ਦੇ ਆਰੋਪ ਲਗਾਏ ਹਨ, ਉੱਥੇ ਹੀ ਡਰਾਈਵਰ ਸੰਜੂ ਨੇ ਸਰਕਾਰੀ ਪ੍ਰਾਪਰਟੀ ਤੇ ਵੀ ਕਬਜ਼ਾ ਕਰਨ ਦੇ ਆਰੋਪ ਲਗਾਏ ਹਨ। ਡਰਾਈਵਰ ਸੰਜੂ ਦੇ ਘਰ ਕੋਲ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸੰਜੂ ਪਿਛਲੇ 5 ਸਾਲਾਂ ਤੋਂ ਹਰਿੰਦਰ ਕੋਹਲੀ ਕੋਲ ਕੰਮ ਕਰਦਾ ਸੀ ਤੇ ਹੁਣ ਹਰਿੰਦਰ ਕੋਹਲੀ ਨੇ ਉਸ ਨੂੰ ਕੰਮ ਤੋਂ ਬਾਹਰ ਕੱਢ ਦਿੱਤਾ, ਜਿਸ ਨੂੰ ਉਸਦੀ ਬਣਦੀ ਤਨਖਾਹ ਵੀ ਨਹੀਂ ਦਿੱਤੀ। राजे पड़ोसी सारा पता है, हरिंदर कोहली ने ना तो उस तनखा दिती, उल्टा तनखा मंगन ते उस धक्के मार के काम तो बाहर कर दिता। इस दे नाल ही कहा कि हरिंदर कोहली अफीम वेचण दा काम करता है, जिस तरह सरकारी जमीना ते भी कब्जा किया गया है। मैं संजीव शर्मा जी ਜਿਹੜਾ ਕੋਈ ਇੰਨਾ ਕੋ 4-5 ਸਾਲ ਤੋਂ ਡਰਾਈਵ ਕਰ ਰਿਹਾ, ਠੀਕ ਹੈ ਜੀ। ਇੱਕ ਲੋਕਡਾਊਨ ਦੇ ਵਿੱਚ ਇਹਨਾਂ ਨੂੰ ਮੈਨੂੰ 500 ਰੁਪਏ ਵਿੱਚ ਦਿਤਕਾਰਦੇ ਔਰ ਨੌਕਰੀ ਤੋਂ ਕੱਢਦੇ ਆ, ਜਿਹੜਾ ਕਿ ਮੈਂ 3 ਮਹੀਨੇ ਤੋਂ ਫਿਰ ਰਿਹਾ। ਮੈਨੂੰ ਕੋਈ ਹੈਲਪ ਨਹੀਂ ਹੋ ਰਹੀ, ਨਾ ਹੀ ਇਹਨਾਂ ਨੇ ਕੋਈ ਪੁੱਛਿਆ। ਉਲਟਾ ਮੇਰੇ ਉੱਪਰ ਇਹ ਗਲਤ ਇਲਜ਼ਾਮ ਲਗਾ ਰਹੇ ਆ, ਠੀਕ ਹੈ ਜੀ। ਮੇਰੇ ਉੱਪਰ ਚੋਰੀ ਦਾ ਕੇਸ ਪਾ ਉਹ ਕਹਿ ਰਹੇ ਆ, ਨਸ਼ੇੜੀ ਆ, ਚੋਰ ਆ, ਔਰ ਮੇਰੇ ਦਬਾਅ ਪਾਇਆ ਜਾ ਰਿਹਾ ਵੀ ਤੂੰ ਬੀਜੇਪੀ ਨੂੰ ਬਦਨਾਮ ਕਰ ਰਿਹਾ ਅਤੇ ਬੀਜੇਪੀ ਦੀ ਉੱਪਰ ਐਕਸ਼ਨ ਲਿਆ ਜਾਏਗਾ ਤੇਰੇ ਉੱਪਰ, ਵੀ ਤੇਰੇ ਉੱਪਰ ਕਾਰਵਾਈ ਕਰੀ ਜਾਏਗੀ। ਜਦਕਿ ਮੈਂ ਕਹਿ ਰਿਹਾ ਵੀ ਮੇਰੀ ਕੋਈ ਲੜਾਈ ਬੀਜੇਪੀ ਨਾਲ ਨਹੀਂ ਹੈ, ਕੋਈ ਕਾਂਗਰਸ ਨਾਲ ਨਹੀਂ, ਨਾ ਹੀ ਮੇਰੀ ਅਕਾਲੀ ਦਲ ਨਾਲ ਹੈ। ਮੇਰੀ ਇੱਕ ਸਿੰਪਲ ਜਿਹੀ ਉਹ ਹੈ ਜਿਹੜੀ ਕਿ ਹਰਿੰਦਰ ਕੋਹਲੀ ਨਾਲ, ਜਦੋਂ ਮੈਂ ਡਰਾਈਵਰੀ ਕਰ ਆਪਣੇ ਮਾਲਕ ਨਾਲ ਆਪਣੇ ਹੱਕ ਪਿੱਛੇ ਆ। ਮੌਕੇ ਤੇ ਮੌਜੂਦ ਮਹੱਲੇ ਦੇ ਐਮਸੀ ਨੇ ਦੱਸਿਆ ਕਿ ਸੰਜੂ ਪਿਛਲੇ 5 ਸਾਲਾਂ ਤੋਂ ਹਰਿੰਦਰ ਕੋਹਲੀ ਕੋਲ ਕੰਮ ਕਰ ਰਿਹਾ ਸੀ। ਜੋ ਸੰਜੂ ਦੁਆਰਾ ਹਰਿੰਦਰ ਕੋਹਲੀ ਵੱਲੋਂ ਅਫੀਮ ਵੇਚਣ ਦੀ ਗੱਲ ਕਹੀ ਜਾ ਰਹੀ ਹੈ, ਉਸ ਨੂੰ ਸਭ ਸੱਚ ਪਤਾ ਹੋਵੇਗਾ, ਕਿਉਂਕਿ ਉਸ ਨੇ ਹਰਿੰਦਰ ਕੋਹਲੀ ਤੋਂ 5 ਸਾਲ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਬੀਜੇਪੀ ਦੇ ਸੀਨੀਅਰ ਲੀਡਰਾਂ ਨੂੰ ਅਪੀਲ ਕੀਤੀ ਕਿ ਅੱਗੇ ਆ ਕੇ ਇਸ ਦਾ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਅਕਸਰ ਹੀ ਹਰਿੰਦਰ ਕੋਹਲੀ ਉੱਪਰ ਇਲਜ਼ਾਮ ਲੱਗਦੇ ਰਹਿੰਦੇ ਹਨ। ਇਸ ਲਈ ਉਹਨਾਂ ਕਿਹਾ ਕਿ ਹਰਿੰਦਰ ਕੋਹਲੀ ਨੂੰ ਹਟਾ ਕੇ ਕਿਸੇ ਹੋਰ ਨੂੰ ਬੀਜੇਪੀ ਜ਼ਿਲ੍ਹਾ ਪ੍ਰਧਾਨ ਬਣਾਉਣਾ ਚਾਹੀਦਾ ਹੈ, ਜੋ ਉਹਨਾਂ ਦੀ ਪਾਰਟੀ ਤੇ ਇਲਜ਼ਾਮ ਨਾ ਲਗਾ ਸਕੇ। ਮੈਂ ਇਹਦੇ ਬਾਰੇ ਦੇਖੋ ਇਹੀ ਕਹਿਣਾ ਚਾਹੂੰਗਾ ਵੀ ਤਕਰੀਬਨ 1.5-2 ਮਹੀਨੇ ਪਹਿਲਾਂ ਇੱਕ ਸੰਜੂ ਨਾਮ ਦਾ ਬੰਦਾ ਮੇਰੇ ਕੋਲ ਘਰ ਆਇਆ ਸੀ। ਮੈਂ ਰਕੇਸ਼ ਗੁਪਤਾ, ਪ੍ਰਧਾਨ ਵਪਾਰ ਮੰਡਲ ਪਟਿਆਲਾ, ਅਤੇ ਮੇਰੇ ਮਿਸਿਜ ਐਮ ਸੀ ਨੇ ਵਾਰਡ ਨੰਬਰ 29 ਤੋਂ ਪਟਿਆਲੇ ਤੋਂ, ਤਾਂ ਸਾਡੇ ਕੋਲ ਹੈਲਪ ਲਈ ਆਇਆ ਸੀ ਵੀ ਮੈਂ ਬੀਜੇਪੀ ਦੇ ਪ੍ਰਧਾਨ ਜਿਹੜੇ ਹਰਿੰਦਰ ਕੋਹਲੀ ਨੇ ਉਹਨਾਂ ਦੇ ਕੋਲ ਮੈਂ ਡਰਾਈਵਰੀ ਕਰਦਾ ਸੀ। ਲੋਕਡਾਊਨ ਦੇ ਦੌਰਾਨ ਮੈਨੂੰ ਨੌਕਰੀ ਤੋਂ ਹਟਾਤਾ ਅਤੇ ਮੈਨੂੰ ਕੋਈ ਪੈਸਾ ਵੀ ਨਹੀਂ ਦਿੱਤਾ, ਜਦਕਿ ਬੀਜੇਪੀ ਤੋਂ ਹੀ ਸਾਡੇ ਦੇਸ਼ ਦੇ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਦੀ ਆਦੇਸ਼ ਸੀ ਵੀ ਕਿਸੇ ਵੀ ਵਰਕਰ ਨੂੰ ਹਟਾਇਆ ਨਾ ਜਾਵੇ। ਵੀ ਜੋ ਵੀ ਸੰਜੂ ਨਾਮ ਦੇ ਬੰਦੇ ਨੇ ਆਪਣੇ ਮਾਲਕ ਦੇ ਉੱਤੇ, ਹਰਿੰਦਰ ਕੋਹਲੀ ਦੇ ਉੱਤੇ ਇਲਜ਼ਾਮ ਲਾਏ ਨੇ, ਤਾਂ ਇਹਨੂੰ ਬੀਜੇਪੀ ਦੇ ਸੀਨੀਅਰ ਲੀਡਰਾਂ ਦੀ ਵੀ ਡਿਊਟੀ ਬਣਦੀ ਆ, ਫਰਜ਼ ਬਣਦਾ ਵੀ ਇਹਦੀ ਛਾਣਬੀਣ ਕਰਨ, ਪਤਾ ਕਰਨ ਵੀ ਕਿੱਥੇ ਤੱਕ ਕੀ ਸੱਚਾਈ ਹੈ। ਵੀ ਜੇ ਇੱਕ ਵਰਕਰ ਕਿਸੇ ਦਾ ਕਿਤੇ ਜਾਂਦਾ ਦਰਦਰ ਭੜਕਦਾ ਹੈ ਤਾਂ ਉਹ ਬਿਲਕੁਲ ਸੱਚਾ ਹੋਏਗਾ ਅਤੇ ਮਜਬੂਰ ਹੋਏਗਾ। ਉਹਦੇ ਬੱਚੇ ਨੇ 3, ਤਾਂ ਸਾਰੇ ਸੀਨੀਅਰ ਲੀਡਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਇਹ ਚੀਜ਼ ਨੂੰ ਦੇਖਦੇ ਹੋਏ ਤਾਂ ਉਸਦੇ ਉੱਤੇ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਜੇ ਉਹ ਕਸੂਰਵਾਰ ਹੈ ਬੀਜੇਪੀ ਦੇ ਪ੍ਰਧਾਨ ਜਿਹੜੇ ਹਰਿੰਦਰ ਕੋਹਲੀ ਨੇ, ਜਿਨ੍ਹਾਂ ਕੋਲੋਂ ਡਰਾਈਵਰੀ ਕਰਦਾ ਸੀ ਸੰਜੂ, ਉਹਨਾਂ ਦੇ ਉੱਤੇ ਬੀਜੇਪੀ ਨੂੰ ਖੁਦ ਸੀਨੀਅਰ ਲੀਡਰ ਨੂੰ ਅੱਗੇ ਆ ਕੇ ਉਹਦੇ 'ਤੇ ਕਾਰਵਾਈ ਕਰਾਉਣੀ ਚਾਹੀਦੀ ਹੈ ਔਰ ਉਹਨੂੰ ਪ੍ਰਧਾਨਗੀ ਤੋਂ ਹਟਾ ਕੇ ਨਵਾਂ ਪ੍ਰਧਾਨ ਬਣਾ ਦੇਣਾ ਚਾਹੀਦਾ। ਪਟਿਆਲਾ ਤੋਂ ਕਵਲਜੀਤ ਕੰਬੋਜ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।